पिंड मूसे विच पिंड वासियां दे विच रोस भी जरूर वेखण नूं मिल रहा है। गम की लहर जिहड़ी उह दौड़ी होई है 29 तारीख दे ही जिहड़ा है पिंड दे विच कई घर जिहड़े चुल्हे बले ते कई दे घर हाले तक भी चुल्हे नहीं बले। इन्ना जिहड़ा दुख है मूसे वाले दे जान दा मापियां दा दुख तां बयान भी नहीं किया जा सकता। पिंड दे साबका सरपंच साडे नाल ने। सरपंच साहब सीएम साहब आए सी की कुछ गलबात करके गए? सीएम साहब आए सीगे जी, धन्नवाद करदे उहनां दा। ਉਹ ਕਹਿ ਕੇ ਗਏ ਨੇ ਵੀ ਇਨਸਾਫ ਦਵਾਵਾਂਗੇ, ਜਿਹੜੇ ਬੰਦੇ ਆ ਉਹਨਾਂ ਨੂੰ ਫੜਾਂਗੇ, ਇਨਸਾਫ ਮਿਲੂਗਾ। ਸਿੱਧੂ ਮੂਸੇ ਵਾਲੇ ਦਾ ਜੇ ਕੰਮ ਹੋਇਆ ਸਾਡੇ ਪਿੰਡ ਨਗਰ, ਮੈਂ ਮੂਸੇ ਦਰਸ਼ਨ ਸਿੰਘ ਸਰਪੰਚ ਬੋਲਦਾ। ਸਾਡੇ ਅੱਜ ਤੱਕ ਰੋਟੀ ਨਹੀਂ ਮੁੱਕੀ, ਬਹੁਤ ਵੱਡਾ ਦੁੱਖ ਹੈ ਸਾਨੂੰ, ਬਹੁਤ ਵੱਡਾ ਦੁੱਖ ਹੋਇਆ ਸਾਨੂੰ ਤਾਂ ਹੁਣ ਹੀ ਹੈ। ਉਹਦਾ ਮਾਂ ਪਿਓ ਇਕੱਲਾ ਮੁੰਡਾ ਸੀ, ਉਹਨਾਂ ਨੂੰ ਵੀ ਉਦੋਂ ਵੱਧ ਹੈ। ਆਲ ਬਾਰਡ ਚ ਮੁੰਡਿਆਂ ਨੂੰ ਨੌਜਵਾਨ ਕਿੰਨੇ ਆਏ, 15 ਲੱਖ ਦਾ ਇਕੱਠ ਸੀਗਾ ਜਿਹਦੇ ਸੰਸਕਾਰ ਕਰਿਆ। ਕਿੰਨੇ ਰਾਜਸਥਾਨ, ਗੁਜਰਾਤ, ਬਾਹਰੋਂ ਦੇਸ਼ੋਂ, ਕੈਨੇਡਾ, ਅਮਰੀਕਾ, ਕਿੰਨੇ ਬੰਦੇ ਆਏ, ਕਿੰਨੇ ਹੁਣ ਵੀ ਆਈ ਜਾਂਦੇ ਨੇ। ਬਹੁਤ ਭਾਰੀ ਦੁੱਖ ਹੋਇਆ ਇਹ ਕੰਮ ਦਾ। ਮੂਸੇ ਪਿੰਡ ਨੂੰ ਪਹਿਚਾਣ ਦਿੱਤੀ ਹੈ ਸਿੱਧੂ ਮੂਸੇ ਵਾਲੇ ਨੇ, ਆਪਣਾ ਨਾਮ ਉਹਨਾਂ ਨੇ ਪਿੱਛੇ ਰੱਖਿਆ। ਸ਼ੁਭਦੀਪ ਨਾਮ ਕੋਈ ਨਹੀਂ ਜਾਣਦਾ ਹੋਏਗਾ, ਪਰ ਸਿੱਧੂ ਮੂਸੇ ਵਾਲੇ ਨੂੰ ਹਰ ਕੋਈ ਜਾਣਦਾ। ਇਸ ਤੋਂ ਪਹਿਲਾਂ ਇੱਥੇ ਵਿਧਾਇਕ ਆਏ ਸੀ ਆਮ ਆਦਮੀ ਪਾਰਟੀ ਦੇ, ਉਹਨਾਂ ਦਾ ਵਿਰੋਧ ਕੀਤਾ ਗਿਆ ਪਿੰਡ ਵਾਸੀਆਂ ਦੇ ਵੱਲੋਂ। ਉਹ ਜੀ ਵਿਰੋਧ ਐਂ ਹੋਇਆ ਸੀਗਾ, ਪ੍ਰਸ਼ਾਸਨ ਨੇ ਜਦੋਂ ਸਾਡੇ ਮੂਸੇ ਪਿੰਡ ਨਾਕਾ ਲਾ ਲਿਆ, ਗਾਗ ਵਾਲੇ ਨਾਕਾ ਲਾ ਲਿਆ, ਮਾਖੇ ਲਾ ਲਿਆ, ਵੀ ਬੰਦਾ ਕੋਈ ਬੜੇ ਨਾ। ਅਸੀਂ ਹੁਣ ਪਿੰਡਾਂ ਦੇ ਬੰਦੇ ਹਾਂ, ਸਾਡੇ ਕੋਲ ਕੋਈ ਚੀਜ਼ਾਂ ਨੇ, ਰਿਵਾਲਵਰ ਹੈ, ਕੋਈ ਹੋਰ ਚੀਜ਼ਾਂ ਨੇ। ਬੰਦਾ 2000 ਜਦੋਂ ਭਗਵੰਤ ਮਾਨ ਆਉਣਾ ਸੀ, 2000 ਲਾਤਾ ਬੰਦਾ ਪੁਲਿਸ ਦਾ, ਲਾ ਤੇ ਮੁਲਾਜ਼ਮ। ਅਸੀਂ ਦੁੱਧ ਪਾਣੀ ਵੀ ਲੈ ਕੇ ਜਾਣੇ, ਆਪਦਾ ਘਰ ਹੈ ਸਾਡਾ, ਆਪਦਾ ਜਵਾਕ ਸੀਗਾ, ਸਰਪੰਚ ਸੀਗਾ ਜਿੱਤਿਆ ਹੋਇਆ, ਅਸੀਂ ਉਠਾਇਆ ਸੀਗਾ, ਸਾਡਾ ਸਰਪੰਚ ਸੀਗਾ ਇਹ। ਉਹਦਾ ਮੁੰਡੇ ਨੂੰ ਇਸ ਲੋੜ ਵਾਰਦਾਤ, ਬਹੁਤ ਵੱਡੀ ਘਾਟਾ ਪਿਆ ਮਾਨਸਾ ਨੂੰ, ਹਿੰਦੁਸਤਾਨ ਨੂੰ, ਸਾਰੇ ਨੂੰ, ਆਲ ਵਾਰਡ ਨੂੰ ਘਾਟਾ ਪੈ ਗਿਆ। ਕਿੰਨੇ ਮੁੰਡੇ ਦੇਖਣ ਆਉਂਦੇ ਨੇ, ਕਿੰਨੇ ਰੋਜ਼ ਆਉਂਦੇ ਨੇ, ਬਹੁਤ ਵੱਡੀ ਘਾਟ ਹੈ। ਇਹ ਤਾਂ ਮਿਲ ਹੀ ਨਹੀਂ ਸਕਦਾ ਇਹੋ ਜਿਹਾ ਜਵਾਕ, ਤਾਂ ਇਹੋ ਜਿਹਾ ਲਾਇਕ ਬੱਚਾ ਕਿਸੇ ਨਾਲ ਸਾਡੇ ਪਿੰਡ 'ਚ ਆਉਂਦਾ ਜਾਂਦਾ ਰਹਿੰਦਾ। ਕੋਈ ਫੋਰਸ ਨਹੀਂ ਸੀ, ਕੋਈ ਹੋਰ ਨਹੀਂ ਸੀ, ਮੌਜ ਨਾਲ ਤੁਰਿਆ ਫਿਰਦਾ ਕੋਈ ਵਾਸਤਾ ਨਹੀਂ ਸੀਗਾ। ਜੋ ਇਹ ਕਾਂਡ ਹੋਇਆ, ਬਹੁਤ ਵੱਡਾ ਧੱਕਾ ਹੋਇਆ, ਪਤਾ ਨਹੀਂ ਕਿਵੇਂ ਹੋਇਆ, ਕਿਵੇਂ ਨਾ ਹੋਇਆ। ਜਿਹੜੇ ਬੰਦੇ ਨੇ ਇਹ ਕੰਮ ਕਰਿਆ, ਅਸੀਂ ਤਾਂ ਇਹੀ ਕਹਿੰਦੇ ਹਾਂ, ਜੇਲ੍ਹਾਂ 'ਚ ਬੈਠੇ ਕਹੀ ਜਾਂਦੇ ਨੇ, ਜ਼ਿੰਮੇਵਾਰੀ ਲਈ ਜਾਂਦੇ ਨੇ ਵੀ ਅਸੀਂ ਇਹ ਕੰਮ ਕਰਿਆ। ਉਹਨਾਂ ਨੂੰ ਭਗਵੰਤ ਮਾਨ ਫੜਦਾ ਕਿਉਂ ਨਹੀਂ, ਉਹਨਾਂ ਨੂੰ ਫਾਂਸੀ ਕਿਉਂ ਨਹੀਂ ਲਾਉਂਦਾ ਜਦੋਂ ਇਹੋ ਜਿਹਾ ਕੰਮ ਹੋਇਆ ਹੋਵੇ? ਆਲ ਵਾਰਡ ਦਾ ਮਸ਼ਹੂਰ ਬੰਦੇ ਮੁੰਡੇ ਨੂੰ, ਸਾਡੇ ਇੱਕ ਨੌਜਵਾਨ ਨੂੰ, ਇਕੱਲੇ ਮੁੰਡੇ ਨੂੰ, ਕਹਾਂ ਜਵਾਕ ਨਹੀਂ ਹੋਰ ਨਹੀਂ, ਸਾਡੇ ਮਾਂ ਪਿਓ ਦਾ ਕੀ ਹਾਲ ਹੈ, ਸਾਡੇ ਪਿੰਡ ਦਾ ਕੀ ਹਾਲ ਹੈ, ਬਹੁਤ ਵੱਡਾ ਘਾਟਾ ਪਿਆ ਸਾਨੂੰ। ਭਗਵੰਤ ਮਾਨ ਨੂੰ ਬੇਨਤੀ ਕਰਦੇ ਹਾਂ ਵੀ ਕੋਈ ਇਹਦਾ ਇਨਸਾਫ ਮਿਲੇ, ਆਹ 2 ਦਿਨਾਂ ਨੂੰ ਫੋਟੋ ਆ ਜੇ ਅਖਬਾਰ 'ਚ ਵੀ ਆਹ ਬੰਦੇ ਫੜ ਲੈ। ਛੋਟੇ ਜਿਹੇ ਪਰਿਵਾਰ ਤੋਂ, ਇੱਕ ਗਰੀਬ ਜਿਹੇ ਪਰਿਵਾਰ ਤੋਂ ਉੱਠਿਆ ਮੂਸੇ ਵਾਲਾ, ਅੱਜ ਐਡਾ ਮਹਿਲ ਖੜਾ ਕਰ ਦਿੱਤਾ, ਪਰ ਮਹਿਲ 'ਚ ਰਹਿਣਾ ਉਸਨੂੰ ਨਸੀਬ ਨਹੀਂ ਹੋਇਆ। ਕਿੰਨੀ ਕੁ ਪਹਿਲਾਂ ਜ਼ਮੀਨ ਸੀਗੀ ਉਹਨਾਂ ਦੇ ਕੋਲੇ? ਵਧੀਆ ਸੀਗਾ ਜੀ, ਕਾਰੋਬਾਰ ਵਧੀਆ ਸੀ, ਵਧੀਆ ਉਹ ਸੀਗਾ ਜੀ। ਉਹਦਾ ਪਾਪਾ ਸੀਗਾ, ਡੈਡੀ ਜੀ ਫੌਜ 'ਚ ਸੀਗਾ ਜੀ, ਹੁਣ ਵੀ ਨੌਕਰੀ ਕਰਦਾ ਸੀਗਾ। ਬਹੁਤ ਵਧੀਆ ਪਰਿਵਾਰ ਹੈ, ਇਮਾਨਦਾਰ ਪਰਿਵਾਰ ਹੈ, ਸਾਰੇ ਨੌਕਰੀਆਂ 'ਤੇ। ਉਹਦੀ ਮੰਮੀ ਵੀ ਨੌਕਰੀ ਜਵਾਕਾਂ ਨੂੰ ਪੜ੍ਹਾਉਂਦੀ ਰਹੀ ਹੈ। ਬਹੁਤ ਵਧੀਆ ਕੰਮ ਸੀਗਾ, ਕੰਮ ਧੰਦਾ ਵਧੀਆ ਸੀ, ਸਾਰਾ ਕੁਛ ਵਧੀਆ ਸੀਗਾ ਜੀ। ਉਹ ਤਾਂ ਪੜ੍ਹਾਈ ਦੇ ਕਰਕੇ ਬਸ ਇੱਧਰ ਪੜ੍ਹ ਗਿਆ, ਪਲੱਸ ਟੂ ਕਰ ਗਿਆ, ਉਦੋਂ ਗਾਹਾਂ ਆਪਣੇ ਬਾਹਰਲੇ ਦੇਸ਼ ਕੈਨੇਡਾ 'ਚ ਵੱਗ ਗਿਆ। ਬਸ ਉਹ ਇਹੋ ਜਿਹਾ ਭਾਇਸ ਪਿਆ ਉਹਨੂੰ ਗਾਉਣ ਦਾ, ਬਸ ਗਾਉਂਦਾ ਗਾਉਂਦਾ ਆਲ ਬਾਰਡ 'ਚ ਮਸ਼ਹੂਰ ਹੋ ਗਿਆ, ਵਧੀਆ ਘਰ ਪਾਇਆ, ਵਧੀਆ ਸਭ ਕੁਛ ਹੈ ਜੀ। ਜਦੋਂ ਤੁਹਾਡੇ ਵਿੱਚ ਵਿਚਰਦਾ ਹੁੰਦਾ ਸੀ ਉਦੋਂ ਵੀ ਗੀਤ ਗਾਉਂਦਾ ਹੁੰਦਾ ਸੀ, ਕਹਿੰਦੇ ਬਚਪਨ ਤੋਂ ਹੀ ਸ਼ੌਂਕ ਸੀਗਾ ਉਹਨਾਂ ਨੂੰ? ਹਾਂ, ਸਕੂਲ 'ਚ ਗੀਤ ਗਾਉਂਦਾ ਰਿਹਾ, ਜੇ ਹੁਣ 4 ਮੁੰਡੇ ਇਕੱਠੇ ਹੋ ਜਾਂਦੇ ਤਾਂ ਉੱਥੋਂ ਵੀ ਕਹਿੰਦੇ ਵੀ ਮੁੰਡਾ ਗੀਤ ਗਾ ਦੇ, ਤਾਂ ਵੀ ਗੀਤ ਗਾਉਣ ਦਾ ਬਹੁਤ ਨਰਮ ਮੁੰਡਾ ਸੀਗਾ, ਜਿਵੇਂ ਕੋਈ ਕਹਿੰਦਾ ਉਵੇਂ ਜਿਵੇਂ ਗੀਤ ਗਾਉਣ ਦਾ, ਉਹ ਕੋਈ ਉਹਦੇ 'ਚ ਇਹੋ ਜਿਹਾ ਕੋਈ ਰੋਹ ਸ਼ੋਭ ਜਾਂ ਕੋਈ ਹੋਰ ਕੋਈ ਇਹੋ ਜਿਹੀ ਗੱਲਬਾਤ ਨਹੀਂ ਸੀ। ਜਿਸ ਦਿਨ ਘਟਨਾ ਵਾਪਰੀ, ਘਟਨਾ ਵਾਪਰਨ ਤੋਂ ਬਾਅਦ ਜਦੋਂ ਪਤਾ ਚੱਲਿਆ, ਕਾਫੀ ਸਮਾਂ ਸੀਗਾ ਕਿ ਪੁਲਿਸ ਇੰਨੀ ਸਾਡੀ ਨਾਕਾਮ ਸੀ ਕਿ ਉਹਨਾਂ ਨੂੰ ਪਕੜ ਵੀ ਨਹੀਂ ਪਾਈ ਕੋਈ ਪਤਾ। ਗੱਡੀਆਂ ਜੇ ਬਰਾਮਦ ਹੋਈਆਂ ਤਾਂ ਬੰਦੇ ਕਿਉਂ ਨਹੀਂ ਪਕੜੇ ਗਏ, ਸਵਾਲ ਨਹੀਂ? ਸਾਡਾ ਜੀ ਇਹਦਾ ਚੀਜ਼ ਹੈ, ਇਹਦਾ ਪ੍ਰਸ਼ਾਸਨ ਦੀ ਘਾਟ ਹੈ, ਇਹ ਮੁੱਢ ਤੋਂ ਹੀ ਘਾਟ ਹੈ। ਜਿੱਦਾਂ ਘੱਟੋ ਘੱਟ 20-30 ਸਾਲਾਂ ਤੋਂ ਅਸੀਂ ਸਰਪੰਚ ਬਣੇ ਹਾਂ, ਬੰਦਿਆਂ ਨੂੰ ਕੁੱਟੀ, ਜੇ ਨਾ ਬੰਦੇ ਨੂੰ ਕੁੱਟੀ ਜਾਵੇ, ਪੁਲਿਸ ਕੋਲੇ ਖੜੀ ਹੋਵੇ, ਪੁਲਿਸ ਵਾਲੇ ਐਂ ਨਹੀਂ ਕਹਿੰਦੇ ਕਿਉਂ ਇਹਨੂੰ ਕੁੱਟੀ ਜਾਂਦਾ, ਅਸੀਂ ਆਮ ਬੰਦੇ ਕਹਿ ਦੇਣਾ ਕਿਉਂ ਕੁੱਟਦਾ ਇਹਨੂੰ। ਪੁਲਿਸ ਮੁਲਾਜ਼ਮਾਂ ਦੀਆਂ ਵਰਦੀਆਂ ਪਾਈਆਂ, ਉੱਥੋਂ ਡਰ ਜਾਂਦਾ ਅਗਲਾ, ਉਸ ਨਹੀਂ ਕਹਿੰਦੇ ਦਰਖਾਸਤ ਦਿਓ ਫਿਰ ਫੜਾਂਗੇ, ਬੰਦਾ ਮਰ ਜਾਂਦਾ। ਅਸੀਂ ਦੇਖਿਆ ਹੋਇਆ ਕੰਮ, ਸਾਬਕਾ ਸਰਪੰਚ ਹੈ, ਬੰਦਾ ਮਰ ਜਾਂਦਾ ਫਿਰ ਵੀ ਨਹੀਂ ਉਹਨੂੰ ਹੱਥ ਪਾਉਂਦੇ, ਉਹਦੇ ਬੰਦਿਆਂ ਨੂੰ ਨਹੀਂ ਫੜਦੇ। ਪਤਾ ਨਹੀਂ ਇੰਨੀ ਨਾਕਾਮ ਪੁਲਿਸ ਹੈ, ਤਾਂ ਹੀ ਤਾਂ ਕੰਮ ਵਧੀ ਜਾਂਦੇ ਨੇ। ਜੇ ਇਹ ਕਾਨੂੰਨ ਵਧੀਆ ਹੋਣ, ਸਖ਼ਤ ਹੋਣ, ਇਹ ਕੰਮ ਹੀ ਨਾ ਹੋਵੇ। ਜਿਵੇਂ ਹੁਣ ਜਮਾਰਕਿਆਂ ਤੋਂ ਸਾਰਾ 1 ਕਿਲੋਮੀਟਰ ਹੈ ਮਾਨਸਾ,
ਉੱਥੇ 15 ਮਿੰਟਾਂ 'ਚ ਵਗ ਗਿਆ ਸੀਗਾ ਸਿੱਧੂ ਮੂਸੇ ਵਾਲਾ। ਉਦੋਂ ਤੁਸੀਂ ਐਂ ਲਾ ਲਓ, ਰਤੀਆ ਲਾ ਲਓ, ਸਰਦੂਗਾ ਲਾ ਲਓ, ਹਰਿਆਣੇ 'ਚ ਗਏ ਨੇ, ਉਹ ਕਿੱਡੀ ਦੂਰ ਹੈ। 3 ਗੱਡੀਆਂ ਬਦਲੀਆਂ, 2 ਤੇਲ ਵੀ ਪਾਇਆ, ਹੋਰ ਵੀ ਕਰਿਆ, ਤੇ ਤੁਸੀਂ ਐਂ ਲਾ ਲਓ ਸਾਹਿਬ ਉਹਨਾਂ ਨੂੰ ਫੜ ਹੀ ਨਹੀਂ ਸਕੇ। ਮਗਰ ਤਾਂ ਜਾਂਦੇ ਲੋਕਾਂ ਨੂੰ, ਸਾਨੂੰ ਵੀ ਯਕੀਨ ਆਉਂਦਾ ਵੀ ਮਗਰ ਗਏ ਨੇ, ਫੜਨ ਗਏ ਨੇ। ਪ੍ਰਸ਼ਾਸਨ ਹੈਗਾ ਕੰਮ ਦਾ, ਪਰ ਮੈਂ ਤਾਂ ਕਹਿੰਦਾ ਬਹੁਤ ਵੱਡੀ ਘਾਟ ਹੈ ਪ੍ਰਸ਼ਾਸਨ ਦੀ ਇਹ, ਜਦੋਂ ਇਹੋ ਜਿਹਾ ਕੰਮ ਹੋ ਜਾਣਾ ਨਾਲ ਦੀ ਨਾਲ ਭੱਜੇ। ਹੋਰ ਵੀ ਕੋਈ ਜਿਹੜਾ ਕੋਈ ਕੰਮ ਹੁੰਦਾ ਇਹੋ ਜਿਹਾ ਨਾਲ ਦੀ ਨਾਲ ਭੱਜੋ। ਇਹੋ ਜਿਹਾ ਕੰਮ ਕਿਉਂ ਕਰਦੇ ਹੋ? ਜਿਹੜਾ ਖਿਡਾਰੀ ਸੀ ਉਹ ਕਿੰਨਾ ਵਧੀਆ ਤਕੜਾ ਸੀ, ਉਹ ਮਾਰਿਆ ਗਿਆ, ਦੀਪ ਸਿੱਧੂ ਮਾਰਿਆ ਗਿਆ, ਪਤਾ ਹੀ ਨਹੀਂ ਕਿੰਨੇ ਕੁ ਬੰਦੇ ਮਾਰੇ ਗਏ। ਜੋ ਪ੍ਰਸ਼ਾਸਨ ਹੈ, ਆਪਾਂ ਵੋਟਾਂ ਪਾ ਕੇ ਸਰਕਾਰ ਬਣਾਉਣੇ ਆ, ਸਰਕਾਰ ਫਾਇਦਾ ਕੀ ਬਣਾਉਣ ਦਾ ਸਾਨੂੰ? ਸਾਨੂੰ ਬਣਾਉਣ ਦਾ ਫੇਰ ਹੀ ਫਾਇਦਾ ਜੇ ਸਾਡੀ ਰਾਖੀ ਰੱਖਣਗੇ, ਜੇ ਸਾਡੀ ਰਾਖੀ ਨਹੀਂ ਰੱਖਣੀ ਫੇਰ ਅਸੀਂ ਵੋਟਾਂ ਪਾ ਕੇ ਕੀ ਕਰਾਂਗੇ? ਸਿੱਧੂ ਮੂਸੇ ਵਾਲਾ ਕਹਿੰਦਾ ਸੀ ਵੀ ਮੈਂ ਮੂਸਾ ਪਿੰਡ ਦਾ ਨਾਮ ਇੱਥੋਂ ਤੱਕ ਰੋਸ਼ਨ ਕਰ ਦਾਂਗਾ ਕਿ ਚੜ੍ਹਦੀ ਦੁਨੀਆ ਤੱਕ ਜਿਹੜਾ ਉਸ ਨੂੰ ਯਾਦ ਰੱਖਿਆ ਜਾਏਗਾ। ਕੀ ਕੁਛ ਕੁਛ ਕਹਿੰਦਾ ਹੁੰਦਾ ਸੀ ਵੀ ਪਿੰਡ ਦੇ ਵਿੱਚ ਕੀ ਕੁਛ ਬਣਾਇਆ ਜਾਏ, ਹਸਪੀਟਲ ਬਣਾਉਣਾ ਹੈ ਜਾਂ ਸਟੇਡੀਅਮ ਬਣਾਉਣਾ ਹੈ, ਕੁਛ ਵੀ? ਸਾਡੇ ਉਹਨਾਂ ਨੇ ਸਰਪੰਚ ਬਣਿਆ ਸੀਗਾ, ਸਟੇਡੀਅਮ ਵਾਸਤੇ 40-50 ਲੱਖ ਰੁਪਇਆ ਲੱਗੀ ਜਾਂਦਾ, ਜਾ ਕੇ ਦੇਖ ਲਓ ਬਹੁਤ ਵਧੀਆ ਬਣੀ ਜਾਂਦਾ। ਇੱਕ ਉਹਦੀ ਹੋਰ ਝਾਕ ਸੀਗੀ ਵੀ ਆਪਾਂ ਜਿਹੜਾ ਕੈਂਸਰ ਦਾ ਹਸਪਤਾਲ ਹੈ ਬਹੁਤ ਹੈ ਹੀ ਨਹੀਂ ਇੱਥੇ, ਉਹਦੀ ਜ਼ਰੂਰ ਮਿਆਦ ਸੀ ਵੀ ਕੈਂਸਰ ਦਾ ਹਸਪਤਾਲ ਬਣਾਊਂਗਾ ਮੈਂ। ਅਸੀਂ ਵੀ ਇਹੀ ਹੁਣ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਾਂ ਵੀ ਉਹਦੀ ਯਾਦ ਦੇ ਵਿੱਚ ਕੋਈ ਇੱਥੇ ਕੈਂਸਰ ਦਾ ਹਸਪਤਾਲ ਬਣਾਇਆ ਜਾਵੇ, ਪਤਾ ਲੱਗ ਜੇ ਵੀ ਉਹ ਪਹਿਲਾਂ ਚਾਹੁੰਦਾ ਸੀਗਾ ਵੀ ਉਹ ਸੁਪਨਾ ਸੀਗਾ। ਅਸੀਂ ਮੁੱਖ ਮੰਤਰੀ ਨੂੰ ਇਹੀ ਕਹਿੰਦੇ ਹਾਂ ਵੀ ਉਹਦਾ ਸੁਪਨਾ ਸੀ, ਉਹ ਪੂਰਾ ਕਰਿਆ ਜਾਵੇ, ਕੈਂਸਰ ਦਾ ਹਸਪਤਾਲ ਬਣਾਇਆ ਜਾਵੇ, ਕੋਈ ਯੂਨੀਵਰਸਿਟੀ ਇੱਥੇ ਲਿਆਂਦੀ ਜਾਵੇ, ਕੋਈ ਜਵਾਕਾਂ ਨੂੰ ਪਤਾ ਲੱਗ ਜੇ ਵੀ ਹਾਂ ਉਹ ਜਾਂਦਾ ਜਾਂਦਾ ਕਰ ਗਿਆ। ਅਸੀਂ ਭਗਵੰਤ ਮਾਨ ਨੂੰ ਫੇਰ ਯਾਦ ਰੱਖਾਂਗੇ ਵੀ ਆਹ ਉਹਦੀ ਯਾਦ ਚਾਹ ਬਣਾਤਾ। ਬਿਲਕੁਲ, ਸਾਬਕਾ ਸਰਪੰਚ ਸੀ ਪਿੰਡ ਮੂਸਾ ਦੇ, ਜਿਨ੍ਹਾਂ ਦਾ ਦਰਦ ਜਿਹੜਾ ਸਾਫ਼ ਝਲਕ ਰਿਹਾ ਸੀ ਕਿ ਚੁੱਲ੍ਹੇ 'ਚ ਹਾਲੇ ਤੱਕ ਜਿਹੜੀ ਹੈ ਰੋਟੀ ਨਹੀਂ ਪੱਕੀ, ਕਿਉਂਕਿ ਪੁੱਤ ਦੇ ਜਾਣ ਦਾ ਦੁੱਖ ਹੀ ਇੰਨਾ ਕੁ ਵੱਡਾ ਹੈ, ਤਾਂ ਉਹ ਮਾਪਿਆਂ ਦਾ ਦੁੱਖ ਕਿੰਨਾ ਵੱਡਾ ਹੋਏਗਾ ਉਸਦਾ ਅੰਦਾਜ਼ਾ ਤਾਂ ਅਸੀਂ ਮਹਿਜ਼ ਲਗਾ ਸਕਦੇ ਹਾਂ। ਕੈਮਰਾਮੈਨ ਗੁਰਵਿੰਦਰ ਦੇ ਨਾਲ ਸ਼ਾਲੂ ਮਿਰੋਕ, ਮਾਨਸਾ।